ਇਹ ਜੀ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਸੀ ਕਿ ਗਜਨੀਪੁਰ ਫੋਕਲ ਪੁਆਇੰਟ 'ਤੇ ਆੜਤੀ ਨੇ ਹਰਮਿੰਦਰ ਸਿੰਘ ਉਹਨਾਂ 'ਤੇ ਫਾਇਰਿੰਗ ਹੋਈ ਆ। ਦੋ ਮੁੰਡੇ ਨੇ ਮੋਟਰਸਾਈਕਲ 'ਤੇ ਆਏ ਨੇ ਅਤੇ ਫਾਇਰਿੰਗ ਕਰਕੇ ਤਾਂ ਭੱਜ ਗਏ ਵਾਪਸ। ਇਹ ਆ ਵੀ ਜਿਹੜੀ ਆ ਗੋਲੀ ਕਿਸੇ 'ਤੇ ਲੱਗੀ ਹੈ ਨਹੀਂ, ਬਚਾ ਰਿਹਾ ਵਾ ਅਤੇ ਅਸੀਂ ਹੁਣ ਅਗਲੀ ਕਾਰਵਾਈ ਅਮਲ 'ਚ ਲਿਆ ਕੇ ਅਤੇ ਆਪਣੀ ਕਰ ਰਹੇ ਹਾਂ। ਇੱਥੇ ਜੀ 3 ਰਾਊਂਡ ਫਾਇਰ ਹੋਏ ਆ ਅਤੇ 2 ਜਿੰਦਾ ਰਾਊਂਡ ਮਿਲੇ। ਅੱਜ ਮੁੰਡਿਆਂ ਨੇ ਪਰਨੇ ਬੰਨੇ ਸੀ ਜੀ, ਮੂੰਹ ਢੱਕੇ ਹੋਏ ਸੀ ਪਰਨਿਆਂ ਨਾਲ, ਮੋਟਰਸਾਈਕਲ 'ਤੇ ਸੀ। ਅਸੀਂ ਜੀ ਆਪਣੀ ਪਹਿਲਾਂ ਤਾਂ ਸਭ ਨੂੰ ਵੀ FIR ਰਜਿਸਟਰ ਕਰਕੇ ਅਤੇ ਜਿਹੜੀ ਆਪਣੀ ਤਫਤੀਸ਼ ਅਮਲ 'ਚ ਲਿਆ ਰਹੇ ਹਾਂ, ਦੇਖ ਰਹੇ ਹਾਂ ਜਿੱਧਰ ਨੂੰ ਗਏ ਨੇ ਉਹਨਾਂ ਦੇ ਪਿੱਛੇ ਟ੍ਰੇਲ ਕਰ ਰਹੇ ਹਾਂ ਫੋਲੋ। ਇਹ ਜੀ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਸੀ ਕਿ ਗਜਨੀਪੁਰ ਫੋਕਲ ਪੁਆਇੰਟ 'ਤੇ ਆੜਤੀ ਨੇ ਹਰਮਿੰਦਰ ਸਿੰਘ ਉਹਨਾਂ 'ਤੇ ਫਾਇਰਿੰਗ ਹੋਈ ਆ। ਦੋ ਮੁੰਡੇ ਨੇ ਮੋਟਰਸਾਈਕਲ 'ਤੇ ਆਏ ਨੇ ਅਤੇ ਫਾਇਰਿੰਗ ਕਰਕੇ ਤਾਂ ਭੱਜ ਗਏ ਵਾਪਸ। ਇਹ ਆ ਵੀ ਜਿਹੜੀ ਆ ਗੋਲੀ ਕਿਸੇ 'ਤੇ ਲੱਗੀ ਹੈ ਨਹੀਂ, ਬਚਾ ਰਿਹਾ ਵਾ ਅਤੇ ਅਸੀਂ ਹੁਣ ਅਗਲੀ ਕਾਰਵਾਈ ਅਮਲ 'ਚ ਲਿਆ ਕੇ ਅਤੇ ਆਪਣੀ ਕਰ ਰਹੇ ਹਾਂ। ਇੱਥੇ ਜੀ 3 ਰਾਊਂਡ ਫਾਇਰ ਹੋਏ ਆ ਅਤੇ 2 ਜਿੰਦਾ ਰਾਊਂਡ ਮਿਲੇ। ਅੱਜ ਮੁੰਡਿਆਂ ਨੇ ਪਰਨੇ ਬੰਨੇ ਸੀ ਜੀ, ਮੂੰਹ ਢੱਕੇ ਹੋਏ ਸੀ ਪਰਨਿਆਂ ਨਾਲ, ਮੋਟਰਸਾਈਕਲ 'ਤੇ ਸੀ। ਅਸੀਂ ਜੀ ਆਪਣੀ ਪਹਿਲਾਂ ਤਾਂ ਸਭ ਨੂੰ ਵੀ FIR ਰਜਿਸਟਰ ਕਰਕੇ ਅਤੇ ਜਿਹੜੀ ਆਪਣੀ ਤਫਤੀਸ਼ ਅਮਲ 'ਚ ਲਿਆ ਰਹੇ ਹਾਂ, ਦੇਖ ਰਹੇ ਹਾਂ ਜਿੱਧਰ ਨੂੰ ਗਏ ਨੇ ਉਹਨਾਂ ਦੇ ਪਿੱਛੇ ਟ੍ਰੇਲ ਕਰ ਰਹੇ ਹਾਂ ਫੋਲੋ।